ਇੱਥੇ ਹਿਰਨ ਲੱਗੇ ਹੁੰਦੇ ਸੀ ਬੜਾ ਇੱਥੇ ਸਾਜੋ-ਸਮਾਨ ਸੀ ਪਰ ਅੱਜ ਜਿਹੜੀਆਂ ਚੀਜ਼ਾਂ ਤੁਸੀਂ ਵੇਖ ਸਕਦੇ ਜੋ ਕਿ ਉਹ ਹਿਰਨ ਤੇ ਜਾਂ ਕੋਈ ਚੀਜ਼ਾਂ ਉਹ ਨਜ਼ਰ ਹੀ ਨਹੀਂ ਆ ਕੀ ਗੱਲ ਕਿ ਹਿਰਨ ਇੱਥੋਂ ਤੁਰ ਕੇ ਚਲੇ ਗਏ ਨੇ ਇਹ ਤਾਂ ਸਰਦੀ ਸਰਕਾਰ ਹੁਣ ਤੋਂ ਪਹਿਲਾਂ ਹੀ ਪਤਾ ਨਹੀਂ ਇਹ ਹੁਣ ਕਿੱ데 ਤੁਰ ਕੇ ਚਲੇ ਗਏ ਆ ਕਿ ਕੋਈ ਚੋਕਲੇ ਲਹਿ ਗਿਆ ਲਏ ਜਰੂਰ ਗਿਆ ਇਹ ਕੋਣ ਵਾਲੇ ਕੋਈ ਸਮੇਂ ਦੇ ਵਿੱਚ ਹੀ ਸ਼ਹਿਰ ਨੂੰ ਬਹੁਤ ਸੁੰਦਰ ਬਣਾਵਾਂਗੇ ਲੇਕਿਨ ਪਾਰਕਿੰਗ ਵਾਲੇ ਖਾਸ ਕਰਕੇ ਧਿਆਨ ਦੇਣਾ ਅਸੀਂ ਪਹੁੰਚੇ ਹਾਂ ਤਰਨ ਤਾਰਨ ਦੀ ਗਾਂਧੀ پارک ਗਾਂਧੀ پارک ਲੋਤੀ پارک ਜਿੱਥੇ ਕਿ ਪੂਰਾ ਸ਼ਹਿਰ ਦੇ ਲੋਕ ਜਿੱਥੇ ਕਿ ਸਵੇਰੇ ਸੈਰ ਵਾਸਤੇ ਵੀ ਆਉਂਦੇ ਨੇ ਸ਼ਾਮ ਨੂੰ ਵੀ ਆਉਂਦੇ ਨੇ ਔਰ ਬੱਚੇ ਵੀ ਜਿਸ ਤਰ੍ਹਾਂ ਆਉਂਦੇ ਨੇ ਤਾਂ ਇੱਥੇ ਝੂਟੇ ਵਗੈਰਾ ਹੀ ਪਰ ਜਦੋਂ ਉਹ ਤੁਹਾਨੂੰ ਦਿਖਾਉਣਾ ਚਾਹੁੰਦੇ ਕਿ ਇਹਨਾਂ ਦੇ پارک ਦੇ ਹਾਲਾਤ ਕੀ ਨੇ ਆ ਤੁਸੀਂ ਵੇਖ ਸਕਦੇ ਜੋ ਤਸਵੀਰਾਂ ਜਰੀਏ ਕਿ ਜੋ پارک ਦੇ ਹਾਲਾਤ ਨੇ ਇਹ ਬਿਆਨ ਕਰ ਰਹੇ ਤਸਵੀਰਾਂ ਲਈ ਤੁਹਾਨੂੰ ਬਿਆਨ ਕਰਾ ਰਹੇ ਆ ਆ ਦੇਖ ਸਕਦੇ ਜੋ ਕਿ ਸਾਰੇ ਪਾਰਕ ਦੇ ਲੱਗੇ ਛੋਟੇ ਜਿੱਥੇ ਕੀ ਲੱਖਾਂ ਰੁਪਏ ਲੱਗੇ ਸਾਰੇ ਹੀ ਟੁੱਟੇ ਆ ਦੇਖ ਸਕਦੇ ਜੇ ਤਸਵੀਰਾਂ ਜਰੀਏ ਕਿ ਬੱਚੇ ਪੌੜੀਆਂ ਤੋਂ ਨਹੀਂ ਚੜ ਸਕਦੇ ਕਿ ਇਹ ਛੱਟ ਪੇਟ ਲੱਗੇਗੀ ਔਰ ਜਿਸ ਤਰ੍ਹਾਂ ਇਧਰ ਜਾ ਕੇ ਬੱਚਿਆਂ ਨੇ ਘੁੰਮਣਾ ਫਿਰਨਾ ਤੇ ਕਿਸ ਤਰੀਕੇ ਛੂਟੇ ਲੈ ਕੇ ਇਸ ਤਰ੍ਹਾਂ ਨਿਕਲਣਾ ਕਿ ਚੀਜ਼ਾਂ ਸਾਰੀਆਂ ਹੀ ਟੁੱਟੀਆਂ ਪਈਆਂ ਨੇ ਬੜੇ ਹੀ ਜਿਹੜੇ ਬੁਰੇ ਹਾਲਾਤ ਇੱਥੋਂ ਦੀ ਗਾਂਧੀ ਪਾਰਕ ਦੇ ਬਣੇ ਨੇ ਬੱਚਿਆਂ ਨੇ ਕਿ ਪਿੰਗ ਤੇ ਛੂਟੇ ਲੈਣੇ ਹੋਂ ਤਾਂ ਤੁਹਾਨੂੰ ਇਹ ਤਸਵੀਰਾਂ ਜਰੀਏ ਦਿਖਾ ਰਿਆਂ ਅੱਜ ਦੇਖ ਸਕਦੇ ਜੋ ਕਿ ਥੱਲੇ ਪਾਣੀ ਖੜਾ ਹੈ ਤਾਂ ਉੱਪਰ ਜਿਹੜੀ ਕਿ ਪਿੰਗ ਦੇ ਝੋਟੇਲ ਬੱਚਾ ਕਿਸ ਤਰੀਕੇ ਨਹੀਂ ਲੈ ਸਕਦਾ ਔਰ ਟੁੱਟੇ ਪਈਆਂ ਨੇ ਆ ਵੇਖ ਸਕਦੇ ਜੋ ਕਿ پارک ਚੂਲੇ ਜਿਹੜੇ ਨੇ ਇੱਥੇ ਉਹ ਟੁੱਟੇ ਪਏ ਨੇ ਤਾਂ ਇਹ ਗਾਂਧੀ پارک ਹੈ ਤਰਨਤਨ ਦੀ ਇਕਲੌਤੀ پارک ਇਸ پارک ਦੇ ਵਿੱਚ ਲੋਕ ਜਦੋਂ ਆਉਂਦੇ ਨੇ ਤਾਂ ਕਹਿੰਦੇ ਸੀ ਕਿ ਇੱਥੇ پارک ਚ ਜਾਣਾ ਤਾਂ ਜੇ ਆ ਦੇਖ ਸਕਦੇ ਜੋ ਕਿ ਇਹ پارک ਦੇ ਵਿੱਚ ਕਿਸ ਤਰ੍ਹਾਂ ਕੋਈ ਬੱਚਾ ਆਏਗਾ ਜਾ ਕੋਈ ਦੂਰੋਂ ਕੀ ਵੇਖਦੇ ਹੋਣਗੇ ਕਿ ਤੁਹਾਡੀ ਪਾਰਕ ਚ ਚਲੋ ਕੇ ਜਾਂਦੇ ਆ ਬੈਠਦੇ ਆ ਆਨੰਦਮਾਨਦੇ ਆ ਪਰ ਆਨੰਦਮਾਨਨ ਦੀ ਅਰਥੇ ਕੋਈ ਗੱਲ ਵੀ ਨਹੀਂ ਰਹੀ ਸਭ ਤੋਂ ਜ਼ਿਆਦਾ ਮਾੜੇ ਹਾਲਾਤ ਨੇ ਤਾਂ ਗਾਂਦੀ ਪਾਰਕ ਦੇ ਸਾਡੇ ਨਾਲ ਇੱਥੇ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਨੇ ਕੁਲਵੰਤ ਸਿੰਘ ਪੰਨੂ ਪਹੁੰਚੇ ਨੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਕਿ ਕੁਲਵੰਤ ਸਿੰਘ ਪੰਨੂ ਜੀ ਨਾਲ ਕਿ ਗਾਂਧੀ پارک ਸਰ ਗਾਂਧੀ پارک 'ਚ ਅਸੀਂ ਆਏ ਆ ਤੇ ਹੋਰ ਵੇਖਣ ਨੇ ਕਿ ਇੱਥੋਂ ਦੇ ਜਿਹੜੇ ਕਿ ਬੱਚਿਆਂ ਵਾਸਤੇ ਤੇ ਕੋਈ ਚੀਜ਼ ਹੀ ਨਹੀਂ ਕਿ ਬੱਚੇ ਕਿਸ ਤਰ੍ਹਾਂ ਜੇ ਕੋਈ ਸੈਰ-ਸਪਾਟਾ ਕਰਨ ਵਾਸਤੇ ਆਉਂਦੇ ਹੋਣਗੇ ਤੇ ਕੀ ਹਾਲਾਤ ਤੁਸੀਂ ਦੱਸ ਸਕਦੇ ਹੋ ਦੇਖੋ ਜੀ ਇਹ ਮੈਂ ਦੇਖਣ ਹੀ ਡਿਆ ਸਾਰਾ ਕੁਝ ਜੇ ਕੋਈ ਲੱਗਾ ਵੀ ਆ ਤੇ ਸਾਰਾ ਟੁੱਟਾ ਪਿਆ ਵਾ ਕੋਈ ਚੀਜ਼ ਇੱਥੇ ਬੱਚਿਆਂ ਦੇ ਖੇਲਣ ਵਾਸਤੇ ਕੋਈ ਵੀ ਕੰਪਲੀਟ ਚੀਜ਼ ਨਹੀਂ ਹੈਗੀ ਬੁਰੇ ਹਾਲਤ ਆ ਜੇ ਝੂਲੇ ਲੱਗੇ ਆ ਉਹਨਾਂ ਦੇ ਥੱਲੇ ਵੀ ਪਾਣੀ ਖੜਾ ਹੈ ਇਸ ਵੇਲੇ ਬਾਕੀ ਜੋ ਬੱਚਿਆਂ ਦੇ ਹੋਰ ਵੀ ਸਾਰਾ ਸਾਜੋ ਸਮਾਨ ਲੱਗਾ ਵਾ ਸਾਰਾ ਟੁੱਟਾ ਪਿਆ ਵਾ ਲੇਕਿਨ ਸਾਡੇ ਧਿਆਨ ਦੇ ਵਿੱਚ ਵੀ ਇਹ ਆਇਆ ਵਾ ਵੀ ਜੋ ਵੀ ਬੱਚੇ ਇੱਥੇ ਆਉਂਦੇ ਆ ਕੋਈ ਸਲਾਨੀ ਆਉਂਦੇ ਆ ਸਾਰੇ ਦੇ ਸਾਰੇ ਲਗਭਗ ਨਾਰਾਜ਼ ਹੋ ਗਏ ਜਾਂਦੇ ਇਤੋਂ ਕੋਈ ਖੁਸ਼ ਨਹੀਂ ਹੋਣ ਡਿਆ ਇਹ ਸਾਰਾ ਦੇਣ ਜਿਹੜੀ ਆ ਉਹ ਪਿਛਲੀ ਸਰਕਾਰ ਕਾਂਗਰਸ ਸਰਕਾਰ ਦੀ ਦੇਣ ਹੈ ਹੁਣ ਸਾਡੀ ਸਰਕਾਰ ਆਈ ਹੈ ਨਵੀਂ ਦੇਖੋ ਅਸੀਂ ਐਮਐਲਏ ਸਾਹਿਬ ਨਾਲ ਆਪਣੇ ਨਾਲ ਗੱਲ ਕਰਕੇ ਤੇ ਫੰਡ ਮੰਗਾਵਾਂਗੇ ਫੰਡ ਬਣਾ ਕੇ ਇਹਨੂੰ ਬਹੁਤ ਸ਼ਾਨਦਾਰ ਸੁੰਦਰ ਬਣਾਵਾਂਗੇ ਆਉਣ ਵਾਲਾ ਸਮਾਂ ਦੱਸੂਗਾ ਪਰ ਸਰ ਇੱਥੇ ਜਗ੍ਹਾ ਦੇ ਉੱਪਰ ਹਿਰਨ ਲੱਗੇ ਹੁੰਦੇ ਸੀ ਅਸੀਂ ਤੁਹਾਨੂੰ ਨਾਲ-ਨਾਲ ਤੁਹਾਨੂੰ ਦਿਖਾਉਣਾ ਦਿਖਾਵਾਂਗੇ ਕਿ ਇਸ ਪਾਰਕ ਦੇ ਵਿੱਚ ਜਦੋਂ ਕਿ ਲੋਕਾਂ ਨੇ ਸੈਰ ਕਰਨੀ ਹੁੰਦੀ ਸਵੇਰੇ ਤਾਂ ਲੋਕ ਪਹੁੰਚਦੇ ਨੇ ਕਿ ਆਪਣੇ ਸਰੀਰ ਨੂੰ ਸੈੱਟ ਰੱਖਿਆ ਜਾਵੇ ਕਿ ਬਹੁਤ ਜ਼ਰੂਰੀ ਆ ਕਿ ਸੈਰ ਸਪਾਟਾ ਵੀ ਕਰਨਾ ਹੁੰਦਾ ਵਾ ਪਰ ਇੱਥੇ ਸਰ ਪਾਰਕ ਦੇ ਵਿੱਚ ਇੱਥੇ ਤੇ ਹਿਰਨ ਲੱਗੇ ਹੁੰਦੇ ਸੀ ਬੜਾ ਇੱਥੇ ਸਾਜੋ-ਸਮਾਨ ਸੀ ਪਰ ਅੱਜ ਜਿਹੜੀਆਂ ਚੀਜ਼ਾਂ ਤੁਸੀਂ ਵੇਖ ਸਕਦੇ ਜੋ ਕਿ ਉਹ हिरण ਤੇ ਜਾਂ ਕੋਈ ਚੀਜ਼ਾਂ ਉਹ ਨਜ਼ਰ ਹੀ ਨਾ ਕੀ ਗੱਲ ਕਿ ਹਿਰਨ ਇੱਥੋਂ ਤੁਰ ਕੇ ਚਲੇ ਗਏ ਨੇ ਇਹ ਜੀ ਇੱਥੇ ਹਿਰਨ ਤੇ ਵੈਸੇ ਆਹੀ ਵੀ ਪਹਿਲਾਂ ਵਹਿੰਦੇ ਰਹੇ ਆ ਅੱਜ ਤੋਂ ਸਾਲਖੰਡ ਪਹਿਲਾਂ ਇੱਥੇ ਹੈਗੇ ਸੀ ਹਿਰਨ ਲੇਕਿਨ ਸਾਡੀ ਸਰਕਾਰ ਆਉਣ ਤੋਂ ਪਹਿਲਾਂ ਹੀ ਪਤਾ ਨਹੀਂ ਇਹ ਹੁਣ ਕਿਤੇ ਤੁਰ ਕੇ ਚਲੇ ਗਏ ਆ ਕਿ ਕੋਈ ਚੋਕ ਕੇ ਲੈ ਗਿਆ ਲੈ ਜਰੂਰ ਗਿਆ ਇੱਥੋਂ ਉਹ ਸਾਨੂੰ ਅਜੇ ਇਸ ਚੀਜ਼ ਦੀ ਵੀ ਇਨਕੁਆਰੀ ਕਰਾਵਾਂਗੇ ਵੀ ਉਹ ਹਿਰਨ ਕਿੱਥੇ ਗਏ ਆ ਸਾਰੇ ਇੱਕ ਵੇਕਰ ਨੂੰ ਮਿਲਦਾ ਕਿ ਜਦੋਂ ਵੀ ਕੋਈ ਸਰਕਾਰ ਆਉਂਦੀ ਹੈ ਤਾਂ ਪੈਸਾ ਲਾਉਂਦੀ ਹੈ ਤਾਂ ਉਸ ਦੇ ਨਾਲ ਨਾਲ ਇਹ ਉਦਘਾਟਨ ਕੀਤੇ ਜਾਂਦੇ ਨੇ ਪੱਥਰ ਲਗਾਏ ਜਾਂਦੇ ਨੇ ਕਿ ਇਹ ਜਿਤਨਾ ਕੀ ਹੋਣਾ ਤੁਹਾਨੂੰ ਅਸੀਂ ਦਿਖਾਉਨੇ ਆ ਕਿ ਜਦੋਂ ਇਹ ਪਾਰਕ ਬਣਾਈ ਜਾ ਰਹੀ ਸੀ ਤਾਂ ਉਦੋਂ ਅ ਅਕਾਲੀਆਂ ਦੇ ਟਾਈਮ ਤੇ ਆ ਦੇਖ ਸਕਦੇ ਜੋ ਕਿ ਹਰਮਿੰਦਰ ਸਿੰਘ ਸੰਧੂ ਨੇ ਤਾਂ ਉਸ ਤੋਂ ਅੱਗੇ ਵੀ ਤੁਹਾਨੂੰ ਅਸੀਂ ਉਹ ਦਿਖਾਉਣਾ ਚਾਹੁੰਦੇ ਆ ਆ ਦੇਖ ਸਕਦੇ ਜੋ ਕਿ ਇੱਥੇ ਅ ਸ਼ੇਗਰੂ ਤੇ ਇੱਕ ਬਹਾਦਰ ਕਮਿਊਨਿਟੀ ਆ ਦੇ ਉਸਾਰੀ ਜਿਹੜੀ ਕੀਤੀ ਗਈ ਆ ਪਰ ਇੱਥੇ ਚੀਜ਼ਾਂ ਨਜ਼ਰ ਤਾਂ ਕੁਝ ਵੀ ਨਹੀਂ ਆ ਰਿਹਾ ਕਿੜੀਆਂ ਉਸਾਰੀਆਂ ਤੇ ਕਿੱਥੇ ਹੈਗੇ ਨੇ ਕੋਈ ਚੀਜ਼ਾਂ ਦੇਖੋ ਜੀ ਪਹਿਲੋਂ ਅੱਜ ਤੋਂ 5-6 ਸਾਲ ਪਹਿਲੋਂ ਤੇ 7 ਸਾਲ ਪਹਿਲੋਂ ਹਰਮੀਸ ਸੰਧੂ ਨੇ ਲਾਇਆ ਹਣਾ ਵਾ ਵੀ ਮੈਂ ਐ ਕਰਾਉਣ ਲੱਗਾ ਹੋਇਆ ਉਹਨਾਂ ਦੇ ਕੋਲੋਂ ਵੀ ਕੁਝ ਨਹੀਂ ਉਸ ਤੋਂ ਬਾਅਦ 5-7 ਸਾਲ ਬੀਤੇ ਡਾਕਟਰ ਅਗਨੀਓਤਰੀ ਜੀ ਆ ਗਏ ਉਹਨਾਂ ਨੇ ਵੀ ਮੀਲ ਪੱਥਰ ਖੜਾ ਕਰ ਦਿੱਤਾ ਵੀ ਅਸੀਂ ਜੀ ਹੁਣ ਇਹਦਾ ਬਹੁਤ ਕੋਸ਼ਿਸ਼ ਕਰਾਵਾਂਗੇ ਕਰਾਇਆ ਇਹਨਾਂ ਨੇ ਵੀ ਕੁਛ ਨਹੀਂ ਹੁਣ ਸਾਡੀ ਸਰਕਾਰ ਆਈ ਆ ਅਸੀਂ ਤੇ ਵੇਖੋ ਜਿੰਨਾ ਵੀ ਸਾਡੇ ਕੋਲੋਂ ਸ਼ਹਿਰਵਾਲ ਨੂੰ ਸਾਡਾ ਬਹੁਤ ਧਿਆਨ ਆ ਸੁੰਦਰ ਸ਼ਹਿਰ ਬਣਾਉਣਾ ਅਸੀਂ ਅੱਜ ਅਸੀਂ ਇੱਕ ਜਿੰਨੇ ਡਿਵਾਈਡਰ ਸੀ ਉਹਨਾਂ ਨੂੰ ਰੰਗ ਵਾਸਤੇ ਉਹ ਵੀ ਜਿਹੜਾ ਵਾ ਉਦਘਾਟਨ ਕਰਕੇ ਆਏ ਆ ਰੰਗ ਹੋਣਾ ਸ਼ੁਰੂ ਹੋ ਗਿਆ ਵਾ ਆਉਣ ਵਾਲੇ ਕੋਈ ਸਮੇਂ ਦੇ ਵਿੱਚ ਹੀ ਸ਼ਹਿਰ ਨੂੰ ਬਹੁਤ ਸੁੰਦਰ ਬਣਾਵਾਂਗੇ ਲੇਕਿਨ ਪਾਰਕਿੰਗ ਵੱਲੇ ਖਾਸ ਕਰਕੇ ਧਿਆਨ ਦੇਵਾਂਗੇ ਜਿਦ ਤਲਾਂ ਕਿ ਇੱਥੇ ਇੱਕ ਪੱਥਰ ਲੱਗ ਗਿਆ ਸ਼ੋਮਨੀ ਅਕਾਲੀ ਦਲ ਬਾਦਲ ਦੂਸਰੀ ਤਰਫ ਲੱਗ ਗਿਆ ਕਾਂਗਰਸ ਪਾਰਟੀ ਤਾਂ ਤੀਸਰਾ ਕੀ ਤੁਹਾਡਾ ਆਮਾਦੀ ਪਾਰਟੀ ਦਾ ਲੱਗੇਗਾ ਵੇਖੋ ਜੀ ਜ਼ਰੂਰ ਲੱਗੇਗਾ ਅਸੀਂ ਤੇ ਨਾਂ ਵੀ ਇਹ ਜਿਹੜਾ ਸ਼ੋਸ਼ੇ ਬਾਜ਼ ਇਹ ਹੁੰਦੀਆਂ ਸ਼ੋਸ਼ੇ ਬਾਜ਼ੀਆਂ ਇਹ ਅਸੀਂ ਨਾਂ ਵੀ ਕਰਾਂਗੇ ਅਸੀਂ ਪਾਰਕ ਨੂੰ ਬਹੁਤ ਜ਼ਿਆਦਾ ਸੁੰਦਰ ਬਣਾਵਾਂਗੇ ਪਰ ਇਹਦੀ ਜਿਹੜੀ ਦੇਖਭਾਲ ਆ ਤੁਹਾਡੇ ਲੋਕ ਕਿਸ ਤਰ੍ਹਾਂ ਹੋਏਗੀ ਜਿਹੜੀ ਕਿ ਪਾਰਕ ਦੀ ਦੇਖਭਾਲ ਇਹ ਹੋਣੀ ਚਾਹੀਦੀ ਕਿ ਫੁੱਲ ਲੱਗੇ ਹੋਣ ਸੁੰਦਰ ਬਣਿਆ ਹੋਵੇ ਹਰਿਆਲੀ ਚਾਹੀਦੀ ਆ ਇਹ ਕਿਸ ਤਰ੍ਹਾਂ ਵੇਖੋ ਜੀ ਇੱਥੇ ਪਹਿਲੇ ਸਰਕਾਰਾਂ ਨੇ ਕੀਤਾ ਵਾ ਫੁੱਲ ਵਾਲੀ ਤੇ ਕੋਈ ਚੀਜ਼ ਲਗਾਈ ਨਹੀਂ ਵੀ ਜਿਹੜਾ ਕੋਈ ਫੁੱਲ ਤੋੜ ਲਵੇ ਨਾ ਇਹਦਾ ਕੋਈ ਫਾਇਦਾ ਹੋਇਆ ਨਾ ਨੁਕਸਾਨ ਫੁੱਲ ਕੋਈ ਤੋੜੂਗਾ ਤੇ ਤਾਂ ਹੀ ਨਾ ਜੇ ਕੋਈ ਫੁੱਲ ਵਾਲਾ ਬੂਟਾ ਲਾਇਆ ਹੋੂ ਕਿਸੇ ਨੇ ਅਸੀਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਵਧੀਆ ਫੁੱਲਾਂ ਵਾਲੇ ਜਿਹੜੇ ਬੂਟੇ ਲਾਵਾਂਗੇ ਵਧੀਆ ਸਲਾਨੀ ਆਉਣਗੇ ਬੱਚੇ ਆਉਣਗੇ ਬਿਲਕੁਲ ਆਪਣਾ ਅਨਜੋਏ ਕਰਨਗੇ ਵਧੀਆ ਤਰੀਕੇ ਨਾਲ ਚੱਲੂਗਾ ਸੋ ਇਹ ਸਨ ਕਲਵੰਤ ਸਿੰਘ ਪੰਨੂ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਦੱਸਿਆ ਹੈ ਕੀ ਸਾਡੀ ਸਰਕਾਰ ਆਈ ਹੈ ਤਾਂ ਅਸੀਂ ਜਿਹੜਾ ਕਿ ਪਾਰਕ ਨੂੰ ਇਸ ਕਦਰ ਸੁੰਦਰ ਬਣਾਵਾਂਗੇ ਕਿ ਜਿਹੜੇ ਸਲਾਨੀ ਆਉਣਗੇ ਤਾਂ ਉਹ ਖੁਸ਼ ਹੋ ਜਾਣਗੇ ਔਰ ਰਹੀ ਗੱਲ ਜੋ ਪਹਿਲੇ ਵਿਕਾਸ ਕਾਰਜਾਂ ਦੀ ਤਾਂ ਉਹਨਾਂ ਦੀ ਇਹ ਇਨਕੁਆਰੀ ਉਹਨਾਂ ਨੇ ਮੰਗ ਹੈ ਕਿ ਇਨਕੁਆਰੀ ਹੋਣੀ ਚਾਹੀਦੀ ਹੈ ਜੋ ਇੱਥੇ ਇਨਾ ਕੁਝ ਲਗਾਇਆ ਪੈਸਾ ਲੱਗਾ ਆਕਰਕਰ ਉਹ ਪੈਸਾ ਕਿੱਥੇ ਗਿਆ ਜਿਹੜੇ ਇੱਥੇ ਹੀਰਨ ਲੱਗੇ ਸੀ ਜਾਂ ਹੋਰ ਚੀਜ਼ਾਂ ਉਹ ਹੀਰਨ ਕਿਧਰ ਗਏ ਉਹਨਾਂ ਦੀ ਜਾਂਚ ਜਿਹੜੀ ਆ ਕਰਵਾਉਣ ਦੀ ਗੱਲ ਕੀਤੀ ਜਾ ਰਹੀ ਹੈ ਔਰ ਜਲ ਤੋ ਜਲ ਜਿਹੜੀਆਂ ਇਨਕੁਆਰੀਆਂ ਕੋਲਣ ਦੀ ਗੱਲ ਹੈ ਉਹਨਾਂ ਵੱਲੋਂ ਕਹੀ ਗਈ ਹੈ ਹੁਣ ਵੇਖਣਾ ਹੋਏਗਾ ਕਿ ਆਮ ਆਦਮੀ ਪਾਰਟੀ ਜਿਹੜੀ ਗਾਂਧੀਪਾਰਕ ਹੈ ਤਰਨਤਾਰਨ ਦੀ ਕਿੰਨੀ ਜਲਦੀ ਇਹਦੇ ਵੱਲ ਧਿਆਨ ਦੇ ਕੇ ਲੋਕਾਂ ਦੇ ਸਬੂਤ ਕਰਦੀ ਹੈ ਵਿਜੇ ਕੁਮਾਰ ਡੀ5 ਚੈਨਲ ਪੰਜਾਬੀ ਤਰਨਤਾਰਨ ਹੋਏਗੀ ਕਿਸਾਨਾਂ ਦੀ ਗੱਲ ਨਵੀਂ ਖੇਤੀ ਮਸ਼ੀਨਾ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ ਕੀ ਹੁੰਦੀ ਹੈ ਜਮਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ